ਸਾਹੀ ਗਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਪੰਜਾਬੀ ਟੈਕ ਚੈਨਲ ਤੇ ਅੱਜ ਦੀ ਵੀਡੀਓ ਬਹੁਤ ਖਾਸ ਆ ਅੱਜ ਦੀ ਵੀਡੀਓ ਹੈ ਜਨਮ ਸਰਟੀਫਿਕੇਟ ਬਾਰੇ ਕਿਉਂਕਿ ਜਨਮ ਸਰਟੀਫਿਕੇਟ ਭਾਰਤ ਸਰਕਾਰ ਨੇ ਜ਼ਰੂਰੀ ਕਰ ਦਿੱਤਾ ਹਰ ਥਾਂ ਤੇ ਜਨਮ ਸਰਟੀਫਿਕੇਟ ਦੀ ਜ਼ਰੂਰਤ ਪਵੇਗੀ ਪਰ ਪੰਜਾਬ ਦੇ ਵਿੱਚ ਬਹੁਤ ਕੇਸ ਨੇ ਜਿਨ੍ਹਾਂ ਕੋਲ ਜਨਮ ਸਰਟੀਫਿਕੇਟ ਨਹੀਂ ਆ ਹੈਗਾਗਾ ਆਨਲਾਈਨ ਨਹੀਂ ਹੈਗਾ ਇਸ ਵੀਡੀਓ ਦੇ ਵਿੱਚ ਸਾਰੇ ਹੱਲ ਨੇ ਚਾਹੇ ਤੁਹਾਡਾ ਸਰਟੀਫਿਕੇਟ ਗੁੰਮ ਹੋ ਗਿਆ ਚਾਹੇ ਤੁਹਾਨੂੰ ਪਤਾ ਰਜਿਸਟਰਡ ਹੈ ਜਾਂ ਨਹੀਂ ਜਾ ਤੁਹਾਡੇ ਕੋਲੇ ਪੁਰਾਣਾ ਜੋ ਹਰਾ ਜਾਂ ਹੁੰਦਾ ਸੀਗਾ ਉਹ ਸਰਟੀਫਿਕੇਟ ਆ ਕੋਈ ਵੀ ਸਮੱਸਿਆ ਸਾਰੀਆਂ ਸਮੱਸਿਆਵਾਂ ਦਾ ਹੱਲ ਹੁਣ ਆਨਲਾਈਨ ਹੋ ਗਿਆ ਚਾਹੇ ਤੁਸੀਂ ਕਰੈਕਸ਼ਨ ਕਰਵਾਉਣੀ ਹੋਵੇ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਤਾਂ ਜੋ ਤੁਹਾਡੀ ਸਮੱਸਿਆ ਦਾ ਹੱਲ ਸਹੀ ਤਰੀਕੇ ਨਾਲ ਹੋ ਸਕੇ ਇਸ ਵੀਡੀਓ ਦੇ ਵਿੱਚ ਦੇਖੋ ਹੱਲ ਸਾਰੇ ਹੋਣਗੇ ਨੰਬਰ 1 ਆਪਾਂ ਕਹਿ ਸਕਦੇ ਹਾਂ ਸਰਟੀਫਿਕੇਟ ਆਨਲਾਈਨ ਨਹੀਂ ਆ ਨੰਬਰ 2 ਸਰਟੀਫਿਕੇਟ ਰਜਿਸਟਰਡ ਕਰਾਇਆ ਜਾਂ ਨਹੀਂ ਉਹਦਾ ਵੀ ਹੱਲ ਆ ਤੋਡਾ ਜਨ ਸਰਟੀਫਿਕੇਟ ਤੇ ਕੋਈ ਸਮੱਸਿਆ ਮੰਨ ਲਾ ਨਾਮ ਪਿਤਾ ਦਾ ਨਾਮ ਜਾਂ ਕਿਸੇ ਵੀ ਤਰੀਕੇ ਦੀ ਕਰੈਕਸ਼ਨ ਕਰਾਉਣੀ ਆ ਉਹ ਸਭ ਤੋਂ ਪਹਿਲਾਂ ਤੁਹਾਨੂੰ ਸਰਟੀਫਿਕੇਟ ਆਨਲਾਈਨ ਕਰਾਉਣਾ ਪਵੇਗਾ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀ ਸਰਟੀਫਿਕੇਟ ਆਨਲਾਈਨ ਕਿਵੇਂ ਕਰਾਉਣਾ ਤੇ ਇਸ ਤੋਂ ਇਲਾਵਾ ਇਹ ਵੀ ਦੱਸਾਂਗਾ ਵੀ ਸਰਟੀਫਿਕੇਟ ਆਨਲਾਈਨ ਹੈ ਜਾਂ ਨਹੀਂ ਇਹ ਕਿਵੇਂ ਚੈੱਕ ਕਰਨਾ ਕਿਉਂਕਿ ਸਰਟੀਫਿਕੇਟ 2015 ਤੋਂ ਬਾਅਦ ਜਿਹੜੇ ਬਣੇ ਨੇ ਉਹ ਆਨਲਾਈਨ ਨੇ ਜਿਹੜੇ ਹੁਣ ਨਵੇਂ ਆਪਣੇ ਜਿਹਦੇ ਉੱਤੇ ਡੀਐਨਸੀ ਨੰਬਰ ਡਾਕੂਮੈਂਟ ਨੰਬਰ ਲਿਖਿਆ ਹੁੰਦਾਗਾ ਪਰ ਜਿਹੜੇ ਪੁਰਾਣੇ ਸਰਟੀਫਿਕੇਟ ਨੇ ਜਿਹੜੇ 93 92 ਦੇ ਵਿੱਚ ਜਨਮ ਹੋਇਆਗਾ 2000 ਤੋਂ ਪਹਿਲਾਂ ਦਾ ਜਨਮ ਉਹ ਸਾਰੇ ਸਰਟੀਫਿਕੇਟ ਆਨਲਾਈਨ ਨਹੀਂ ਹੈ ਉਹਨੂੰ ਆਨਲਾਈਨ ਕਿਵੇਂ ਕਰਨਾ ਇਹ ਵੀਡੀਓ ਦੇ ਵਿੱਚ ਮੈਂ ਦੱਸਾਂਗਾ ਆਓ ਆਪਾਂ ਵੀਡੀਓ ਦੇ ਪੂਰਾ ਚੈੱਕ ਕਰਦੇ ਆਂ ਕਿਵੇਂ ਆਪਾਂ ਸਰਟੀਫਿਕੇਟ ਆਨਲਾਈਨ ਕਰੀਏ ਸਭ ਤੋਂ ਪਹਿਲਾਂ ਤੁਸੀਂ contact.punjab.gov.in ਇਹ ਸਾਈਟ ਓਪਨ ਕਰ ਲੈਣੀ ਆ ਜਿੱਥੇ ਆਪਾਂ ਆਨਲਾਈਨ ਕੰਮ ਕਰ ਸਕਦੇ ਆ ਇੱਥੇ ਸਾਰੇ ਕੰਮ ਹੀ ਹੁੰਦੇ ਨੇ ਜਿਹੜੀ ਭਗਵਾਨਤੋਵਾਰ ਨੇ ਨਵੀਂ ਵੈਬਸਾਈਟ ਲਾਂਚ ਕਰੀਏ ਇਹਦੇ ਉੱਤੇ ਤੁਸੀਂ ਕਰਨਾ ਡੋਨਟ ਹੈਵ ਅ ਅਕਾਊਂਟ ਤੇ ਕਲਿੱਕ ਕਰਕੇ ਤੇ ਅਕਾਊਂਟ ਬਣਾ ਲੈਣਾ ਨਾਮ ਪਾਉਣਾ ਲਾਸਟ ਨੇਮ ਪਾਉਣਾ ਮੇਲ ਆਈਡੀ ਆਪਣਾ ਨੰਬਰ ਤੇ ਪਾਸਵਰਡ ਪਾ ਕੇ ਰਜਿਸਟਰ ਤੇ ਕਲਿੱਕ ਕਰੋਗੇ ਪਹਿਲਾਂ ਤਾਂ ਨੰਬਰ ਤੇ OTP ਆਵੇਗਾ ਫਿਰ ਤੁਹਾਡੀ ਮੇਲ ਤੇ OTP ਆਏਗਾ ਪਰੰਤੂ ਬਾਅਦ ਜਿਹੜਾ ਇੱਥੇ ਪਾਸਵਰਡ ਪਾਇਆ ਹੋਊਗਾ ਉੱਥੇ ਲੌਗਇਨ ਦੇ ਵਿੱਚ ਜਾ ਕੇ ਉੱਪਰ ਮੇਲ ਆਈਡੀ ਪਾਉਣੀ ਆ ਦੇਖੋ OTP ਨਾਲ ਵੀ ਕਰ ਸਕਦੇ ਹਾਂ ਤੇ ਆਪਣਾ ਪਾਸਵਰਡ ਨਾਲ ਵੀ ਕਰ ਸਕਦੇ ਹਾਂ ਕਲਿੱਕ ਕਰਕੇ ਇੱਥੇ ਆਪਣੀ ਪਹਿਲਾਂ ਨੰਬਰ ਜਿਹੜਾ ਪਾਇਆ ਸੀ ਉਹ ਤੇ ਪਾਸਵਰਡ ਪਾਇਆ ਸੀ ਡਨ ਕਰ ਦੇਣਾ ਕਰੋਗੇ ਇਹ ਇਸ ਤੋਂ ਬਾਅਦ OTP ਤੁਹਾਡੇ ਮੋਬਾਈਲ ਤੇ ਆ ਜਾਏਗਾ ਤੁਸੀਂ ਮੋਬਾਈਲ ਤੋਂ OTP ਪਾ ਦੇਣਾ OTP ਪਾਉਣ ਤੋਂ ਬਾਅਦ ਗਾਹਾਂ ਓਪਨ ਹੋ ਜਾਏਗੀ ਵੈਬਸਾਈਟ ਠੀਕ ਹੈ ਵੈਬਸਾਈਟ ਦੇ ਵਿੱਚ ਇੱਕ ਹੋਰ ਧਿਆਨ ਰੱਖਣਾ ਗੱਲ ਆ ਪਹਿਲਾਂ ਐਡੀਸ਼ਨਲ ਇਨਫੋਰਮੇਸ਼ਨ ਮੰਗੇਗਾ ਜਿਹੜੀ ਜਿਹੜੀ ਇਨਫੋਰਮੇਸ਼ਨ ਕਿਉਂਕਿ ਮੇਰੇ ਤਾਂ ਇਹ ਪਹਿਲਾਂ ਬਣਾਇਆ ਹੋਇਆ ਅਕਾਊਂਟ ਆ ऑलरेडी ਹੈ ਨਾ ਜਿਹੜੀ ਜਿਹੜੀ ਇਨਫੋਰਮੇਸ਼ਨ ਮੰਗੇਗਾ ਜਦੋਂ ਅਪਲਾਈ ਇੱਥੇ ਕਰੋਗੇ ਉਹ ਸਾਰੀ ਭਰ ਦੇਣੀ ਔਰ ਨਾਰਮਲ ਹੀ ਹੋਵੇਗੀ ਜਿਵੇਂ ਨਾਮ ਐਡਰੈਸ ਵਗੈਰਾ ਠੀਕ ਆ ਫਿਰ ਇੱਥੇ ਸਰਚ ਦੇ ਵਿੱਚ ਤੁਸੀਂ ਬਰਥ ਸਟਾਰਟ ਬਰਥ ਲਿਖ ਕੇ ਸਰਚ ਕਰ ਦੇਣਾ ਦੇਖੋ ਇੱਥੇ ਆਪਾਂ ਇੰਨੇ ਕੰਮ ਕਰ ਸਕਦੇ ਆ ਮਲਟੀਪਲ ਕਾਪੀ ਕੱਟ ਸਕਦੇ ਆ ਐਡੀਸ਼ਨਲ ਨਾਮ ਪਾ ਸਕਦੇ ਆ ਤੇ ਆਪਾਂ ਜਿਹੜਾ ਕਰਨਾਗਾ ਆਪਾਂ ਅਵੇਲੇਬਿਲਟੀ ਚੈੱਕ ਕਰਨੀ ਆ ਤੀਜੇ ਨੰਬਰ ਵਾਲੀ ਆਹ ਜਿਹਦੇ ਤੇ ਆਪਾਂ ਅਵੇਲੇਬਿਲਟੀ ਇਹਦੇ ਵਿੱਚ ਕੀ ਕਰਨਾ ਪਹਿਲਾਂ ਅਪਲਾਈ ਕਰਨਾਗਾ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਜਿਹੜੇ ਨਾਲ ਲੱਗਣ ਵਾਲੇ ਡਾਕੂਮੈਂਟ ਨੇ ਮਤਲਬ ਜਿਹੜੀ ਇਹਦੇ ਨਾਲ ਫਾਈਲ ਲੱਗੇਗੀ ਐਪਲੀਕੇਸ਼ਨ ਫਾਰਮ ਲੱਗੇਗਾ ਉਹ ਇੱਥੋਂ ਡਾਊਨਲੋਡ ਕਰ ਲੈਣਾ ਦੇਖੋ ਇੱਥੇ ਸਾਰੀ ਡਿਟੇਲ ਆ ਕਿਹੜਾ ਡਾਕੂਮੈਂਟ ਅਪਲੋਡ ਕਰ ਸਕਦੇ ਹੋ ਤੇ ਆ ਤੀਜਾ ਇੱਥੋਂ ਨੀਚੇ ਵਾਲੀ ਆਪਸ਼ਨ ਆ ਜਿਹੜੀ ਆਹ ਵਾਲੀ ਇੱਥੋਂ ਤੁਸੀਂ ਸਿੱਧਾ ਫਾਰਮ ਡਾਊਨਲੋਡ ਕਰਕੇ ਪ੍ਰਿੰਟ ਕਰਕੇ ਭਰ ਸਕਦੇ ਹੋ ਜਮਾ ਸਿੰਪਲ ਜਿਹਾ ਫਾਰਮ ਆ ਉਹ ਇੱਦੋਂ ਦਾ ਅਪਲਾਈ ਤੇ ਕਲਿੱਕ ਕਰ ਦੇਣਾ ਅਪਲਾਈ ਤੇ ਕਲਿੱਕ ਕਰੋਗੇ ਤੁਹਾਡਾ ਡਾਟਾ ਭਰਿਆ ਹੋਊਗਾ ਪਹਿਲਾਂ ਤਾਂ ਆ ਇਈ ਦੁਬਾੜਾ ਜਿਹੜੀ অপਸ਼ਨ ਆਵੇਗੀ ਉੱਥੇ ਤੁਸੀਂ ਸਰਚ ਕਰਨਾਗਾ ਮੰਨ ਲਓ ਤੁਹਾਡੇ ਜਿਹੜਾ ਪੁਰਾਣਾ ਸਰਟੀਫਿਕੇਟ ਹੈ ਜਾਂ ਨਹੀਂ ਆ ਜੇ ਸਾਡੇ ਕੋਲ ਹੈ ਤਾਂ ਇੱਥੇ ਐਪਲੀਕੇਸ਼ਨ ਨੰਬਰ ਜਿਹੜਾ ਉੱਥੇ ਲਿਖਿਆ ਹੋਇਆ ਉਹ ਪਾ ਕੇ ਸਰਚ ਕਰ ਲੈਣਾ ਡਾਟਾ ਨਾਟ ਫਾਊਂਡ ਆ ਜयो ਕੋਈ ਪੁਰਾਣਾ ਸਰਟੀਫਿਕੇਟ ਹੈ ਨਹੀਂ ਇੱਥੇ ਤੁਸੀਂ ਜਿਹੜੀ ਡਿਟੇਲ ਆ ਸਾਰੀ ਆਪਦੇ ਸਰਟੀਫਿਕੇਟ ਤੋਂ ਦੇਖ ਕੇ ਭਰਨੇ ਆ ਰਜਿਸਟ੍ਰੇਸ਼ਨ ਨੰਬਰ ਰਜਿਸਟਰਡ ਕਦੋਂ ਹੋਇਆ ਸੀ ਕਿਉਂਕਿ ਉਹਨਾਂ ਨੂੰ ਫਿਰ ਡਾਟਾ ਲੱਭਣ 'ਚ ਸੌਖ ਹੋ ਜੂਗੀ ਮੰਨ ਲਓ ਤੁਸੀਂ ਡਿਟੇਲ ਪਾਤੀ ਵੀ ਇਹ ਤੋਂ ਰਜਿਸਟਰਡ ਹੋਇਆ ਸੀਗਾ 1992 ਜਾਂ 2 1993 ਦੇ ਵਿੱਚ ਵਿਚਾ ਮਤਲਬ ਵੈਸੇ ਤੁਸੀਂ ਡੇਟ ਉਹ ਪਾਉਣੀ ਆ ਜਮਨ ਲਓ 1992 ਦੇ ਵਿੱਚ ਰਜਿਸਟਰਡ ਹੋਇਆ ਤੁਸੀਂ ਕੀ ਪਾਉਣਾ 1992 ਤੋਂ ਲੈ ਕੇ 1993 ਆ ਡਿਟੇਲ ਦੇਖ ਲਓ ਇੱਕ ਵਾਰ ਧਿਆਨ ਕਰਨ ਵਾਲੀ ਗੱਲ ਆ ਜਿੱਥੇ ਲਿਖਿਆ ਪੰਜਾਬੀ ਚ ਟਰਾਂਸਲੇਟ ਆਟੋਮੈਟਿਕਲੀ ਤਾਂ ਹੋ ਜਾਏਗਾ ਪਰ ਫਿਰ ਵੀ ਜਿਹੜਾ ਪੰਜਾਬੀ ਚ ਟਰਾਂਸਲੇਟ ਹੋਵੇਗਾ ਉਹ ਗਲਤ ਆ ਜਾਂਦਾ ਕਈ ਵਾਰ ਉਹਨੂੰ ਸਹੀ ਕਰਨ ਲਈ ਤੁਸੀਂ ਆਪ ਪੰਜਾਬੀ ਦੇ ਵਿੱਚ ਟਾਈਪ ਕਰਨਾ ਠੀਕ ਆ ਆ ਡਿਟੇਲ ਨਾਰਮਲ ਹੀ ਆ ਐਡਰੈਸ ਭਰਨਾ ਹੈਗਾ ਕਿੱਥੇ ਜਨਮ ਹੋਇਆ ਹੈਗਾ ਕੀ ਡਿਟੇਲ ਸੀ ਪਹਿਲਾਂ ਕਦੇ ਕਰੈਕਸ਼ਨ ਕਰਾਈ ਆ ਜੇ ਕਰਾਈ ਹੈ ਇਸ ਤੇ ਕਲਿੱਕ ਕਰਕੇ ਉੱਥੇ ਡਿਟੇਲ ਪਾ ਦੋ ਵੀ ਇੰਨੀ ਤਰੀਕ ਨੂੰ ਕਰਾਈ ਆ ਉਹ ਆਪਣੇ ਸਰਟੀਫਿਕੇਟ ਤੇ ਲਿਖੀ ਹੁੰਦੀ ਆ ਓਕੇ ਕਰਕੇ ਨਹੀਂ ਕਰਾਈ ਨੋ ਤੇ ਕਲਿੱਕ ਕਰਕੇ ਥੱਲੇ ਆ ਜਾਣਾ ਵੀ ਰਜਿਸਟਰਡ ਕਿੱਥੇ ਹੋਇਆ ਦੇਖੋ ਇੱਥੇ ਪਰਮਾਨੈਂਟ ਐਡਰੈਸ ਸੇਮ ਪਾਤਾ ਆਟੋਮੈਟਿਕਲੀ ਤੁਹਾਡਾ ਨਾਮ ਚੱਕ ਲਿਆ ਪਿੰਡ ਦਾ ਨਾਮ ਚੱਕ ਲਿਆ ਮੈਰਿਟੇਡ ਸਟੇਟਸ ਪਾ ਦੇਣਾ ਫਿਰ ਆਧਾਰ ਕਾਰਡ ਨੰਬਰ ਪਾ ਦੇਣਾ ਇੱਥੇ ਇਸ ਤੋਂ ਬਾਅਦ ਪਲੇਸ ਆਫ ਬਰਥ ਕਿੱਥੇ ਹੋਇਆ ਘਰ ਦੇ ਵਿੱਚ ਹੀ ਹੋਇਆ ਐਡਰੈਸ ਕਿਹੜੇ ਸ਼ਹਿਰ ਦੇ ਵਿੱਚ ਹੋਇਆ ਮਤਲਬ ਜਿਹੜਾ ਕੁਝ ਵੀ ਆ ਤੁਹਾਡੇ ਸਰਟੀਫੀਕੇਟ ਅਵੇਲੇਬਲ ਹੋਵੇਗਾ ਜੇ ਨਹੀਂ ਆ ਤਾਂ ਤੁਹਾਨੂੰ ਸ਼ਾਇਦ ਯਾਦ ਹੋਵੇ ਜਿੱਥੇ ਜਨਮ ਹੋਇਆਗਾ ਸ਼ਾਇਦ ਰਜਿਸਟਰਡ ਹੋਵੇਗਾ ਜਾਂ ਨਹੀਂ ਹਨਾ ਇਹ ਡਿਟੇਲ ਇੱਥੇ ਭਰ ਦੇਣੀ ਆ ਇਸ ਤੋਂ ਬਾਅਦ ਆਪਾਂ ਨੂੰ ਸਰਟੀਫੀਕੇਟ ਕੱਢ ਕੇ ਦੇ ਦੇਣਗੇ ਜੇ ਰਜਿਸਟਰਡ ਹੋਇਆ ਜੇ ਨਹੀਂ ਹੋਇਆ ਨੋਨ ਅਵੇਲੇਬਿਲਟੀ ਸਰਟੀਫੀਕੇਟ ਆ ਜਾਏਗਾ ਫਿਰ ਆਪਾਂ ਨਵਾਂ ਅਪਲਾਈ ਕਰਨਾ ਦੱਸਾਂਗੇ ਉਹ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਇਹਦੇ ਵਿੱਚ ਤਕਰੀਬਨ ਜਿਹੜੇ 93 94 ਜਾਂ 90 ਤੋਂ ਬਾਅਦ ਦੇ ਜਨਮ ਨੇ ਉਹ ਸਾਰੇ ਲੱਭ ਜਾਂਦੇ ਨੇ ਇੱਥੇ ਕਲਿੱਕ ਕਰ ਦੇਣਾ ਕਿੱਥੇ ਜਨਮ ਹੋਇਆ ਜ਼ਿਲ੍ਹਾ ਕੀ ਸੀ ਡਨ ਕਰਕੇ ਜੇ ਫਿਰ ਵੀ ਤੁਹਾਨੂੰ ਨਹੀਂ ਸਮਝ ਲੱਗਦੀ ਨਾ ਇੱਕ ਵਾਰੀ ਇਸ ਤੋਂ ਬਾਅਦ ਜਦੋਂ ਸਬਮਿਟ ਕਰੋਗੇ ਬਾਈ ਚਾਂਸ ਤੁਹਾਡੀ ਗਲਤ ਜ਼ਿਲ੍ਹਾ ਸਬਮਿਟ ਹੋ ਗਿਆ ਤਾਂ ਤੁਹਾਨੂੰ ਆਟੋਮੈਟਿਕਲੀ ਉਹ ਕਹਿ ਦੇਣਗੇ ਵੀ ਆਹ ਜ਼ਿਲ੍ਹਾ ਸਿਲੈਕਟ ਕਰੋ ਪਿੰਡ ਦਾ ਨਾਮ ਸਹੀ ਪਾ ਦੇਣਾ ਪੰਜਾਬੀ ਦੇ ਵਿੱਚ ਸਿਵਲ ਸਰਜਨ ਸਿਲੈਕਟ ਕਰਕੇ ਡਨ ਕਰ ਦੇਣਾ ਹੁਣ ਦੇਖੋ ਇਹ ਕੀ ਕਹਿੰਦੇ ਐਕਸੀਡ ਕਰ ਗਿਆ ਮੰਨ ਲਓ ਵੀ ਤੁਹਾਡਾ ਜਿਹੜਾ ਡੇਟ ਆਫ ਬਰਥ ਲਿਖੀ ਹੋਈ ਆ ਉਹ ਇੱਕ ਸੈਸ਼ਨ ਦੀ ਲਿਖਣੀ ਆ ਜਿਵੇਂ 99 ਤੋਂ 99 ਦੇ ਵਿੱਚ ਵਿੱਚ ਠੀਕ ਆ ਜਿਹੜੇ ਡਾਕੂਮੈਂਟ ਅਪਲੋਡ ਕਰਨੇ ਆ ਐਪਲੀਕੇਸ਼ਨ ਫਾਰਮ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਉੱਥੋਂ ਡਾਊਨਲੋਡ ਕਰਕੇ ਭਰ ਕੇ ਇੱਥੇ ਅਪਲੋਡ ਕਰਨਾ ਪੀਡੀਐਫ ਹੋ ਜਾਏਗਾ ਦੂਜ ਤਾਂ ਇੱਥੇ ਅਪਲੋਡ ਕਰ ਦੇਣਾ ਜੇ ਨਹੀਂ ਆ ਤੁਸੀਂ ਕੋਈ ਪ੍ਰੂਫ ਅਪਲੋਡ ਕਰ ਸਕਦੇ ਹੋ ਜਾਂ ਆਧਾਰ ਕਾਰਡ ਪੈਨ ਕਾਰਡ ਦੂਜੇ ਨੰਬਰ ਤੇ ਵੀ ਇਹੀ ਅਪਲੋਡ ਕਰ ਦੇਣਾ ਐਪਲੀਕੇਸ਼ਨ ਆ ਆਈਡੀ ਮਤਲਬ ਆਈਡੀ ਕੋਈ ਵੀ ਹੋ ਸਕਦੀ ਆ ਆਧਾਰ ਪੈਨ ਹਨਾ ਜਾਂ ਵੋਟਰ ਕਾਰਡ ਜਾਂ ਪਾਸਪੋਰਟ ਉਹ ਡਿਟੇਲ ਤੀਜੇ ਨੰਬਰ ਤੇ ਆਪਸ਼ਨਲ ਦੇ ਵਿੱਚ ਵੀ ਤੁਸੀਂ ਅਪਲੋਡ ਕਰ ਸਕਦੇ ਹੋ ਉਹਨਾਂ ਦੇ ਮਤਲਬ ਛੇਤੀ ਲੱਭ ਲੈਣ ਉਹ ਹਨਾ ਇਸ ਕਰਕੇ 10ਵਾਂ ਸਰਟੀਫਿਕੇਟ ਜਾਂ 12ਵਾਂ ਦਾ ਸਰਟੀਫਿਕੇਟ ਜਿੱਤੇ ਤੁਹਾਡੀ ਡੇਟ ਆਫ ਬਰਥ ਸਹੀ ਹੋਵੇ ਹਨਾ ਉਹ ਡਿਟੇਲ ਸਾਰੀ ਇੱਥੇ ਅਪਲੋਡ ਕਰਕੇ ਡਨ ਕਰ ਅਪਲੋਡਡ ਡਾਕੂਮੈਂਟ ਤੇ ਕਲਿੱਕ ਕਰ ਦੇਣਾ ਜਦੋਂ ਕਲਿੱਕ ਕਰ ਦੋਗੇ ਜਿਹੜੀ ਸੇਵਾ ਕੇਂਦਰ ਤੋਂ ਆਪਾਂ ਨੂੰ ਰਸੀਦ ਮਿਲਦੀ ਹੈ ਉਦਾਂ ਦੀ ਆਪਣੇ ਕੋਲ ਰਸੀਦ ਮਿਲ ਜੂ ਜਿਹਦੇ ਨਾਲ ਆਪਾਂ ਆਪਣੀ ਐਪਲੀਕੇਸ਼ਨ ਟਰੈਕ ਕਰ ਸਕਦੇ ਆਂ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗਦੀ ਆ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਉਣ ਲਿਆ ਇਹ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਉਂਦਾ ਰਹੇ ਵੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਜੀ ਧੰਨਵਾਦ